वाहिगुरु जी का खालसा वाहिगुरु जी की फतेह। तो तस्वीर अमृतसर तो दिल्ली रोड दियां ने जिथे थोड़ा जहा मेरे को मिस हो गया वीडियो बनाउणी क्योंकि मैं रोंग साइड ते अमृतसर नूं जा रहा किसी अर्जेंट काम लई। इस तो बाद एक फिल्म का शूट लई मैं जाना, उस तो बाद फिर दिल्ली पहुँच जावांगे आपां भी। सो बहुत चढ़दी कला, मैनूं बहुत खुशी होई देख के। तो तकरीबन 18 ट्रालियां मोटिया मोटिया मैं गिणियां, जे एक अद्धी रह भी गई होगी पता नहीं। तो इन्हां दियां ही आ दो ट्रालियां पिछे ने मोहरे जैपसी लाई हुई आ। बाबा जी सत श्री अकाल जी, कि जगह तो आए हैं? ਤਰਸਿੱਕਾ ਬਲਾਕ ਤੋਂ। ਅੱਛਾ, ਹਾਂ ਬੜੀ ਚੜ੍ਹਦੀ ਕਲਾ, ਬੜੀ ਖੁਸ਼ੀ ਹੋਈ ਦੇਖ ਕੇ ਵੀ ਸਾਡੀ 26 ਤਰੀਕ ਦੀ ਤਿਆਰੀ ਪੂਰੀ ਕੱਸੀ ਹੋਈ ਆ। ਹਾਂਜੀ, ਹੋਰ ਕੀ ਕਹਿਣਾ ਚਾਹੁੰਦੇ ਆ? ਕਦੋਂ ਤੁਰੇ ਸੀਗੇ? ਅੱਜ ਸਵੇਰੇ ਤੁਰੇ ਹਾਂ ਜੀ। ਅੱਛਾ, ਹਾਂਜੀ। ਤੇ ਜਿਹੜੀਆਂ ਮੋਹਰੇ ਟਰਾਲੀਆਂ ਗਈਆਂ, ਤਕਰੀਬਨ ਟਰਾਲੀਆਂ ਸੀਗੀਆਂ 12-14 ਟਰਾਲੀਆਂ ਤੋਂ ਉੱਤੇ ਹੋਣੀਆਂ? ਨਹੀਂ, 100 ਲੰਘੀ ਆ ਜੀ ਅਮਨੀ, ਜਿਹੜੀਆਂ ਮੈਂ ਦੇਖੀਆਂ। ਹਾਂ ਹਾਂ, ਤੇ ਬੜਾ ਵਧੀਆ ਲੱਗਾ। ਮੈਂ ਕਿਹਾ ਮੈਂ ਇੱਕ ਵੀਡੀਓ ਬਣਾ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਥੋਂ ਜੀ? ਇਹ ਅਸੀਂ ਜੀ ਅੰਮ੍ਰਿਤਸਰ ਜ਼ਿਲ੍ਹੇ ਤੋਂ, ਜੋਨ ਤਰਸਿੱਕਾ। ਅੱਛਾ, ਪਿੰਡ ਬੱਗਾ। ਅੱਛਾ, ਹਾਂਜੀ। ਨਹੀਂ ਬਹੁਤ ਵਧੀਆ ਲੱਗਾ ਬਾਈ, ਮੈਂ ਵੀ ਤਕਰੀਬਨ 25-26 ਦਿਨ ਪਹਿਲਾਂ ਦਿੱਲੀ ਲਾ ਕੇ ਆਇਆ। ਹੁਣ ਮੈਂ ਅੰਮ੍ਰਿਤਸਰ ਕੰਮ ਲਈ ਆਇਆ ਸੀਗਾ ਅਤੇ ਮੈਂ ਫਿਲਮ ਲਾਈਨ ਤੋਂ ਹਾਂ, ਪਰ ਮੈਨੂੰ ਖੁਸ਼ੀ ਬਹੁਤ ਹੀ। ਤਕਰੀਬਨ ਮੈਂ 18 ਕਦੇ ਗੇੜ ਗਏ ਟਰਾਲੀਆਂ, ਮੈਂ ਮੋਟੀਆਂ ਮੋਟੀਆਂ ਜਿਹੀਆਂ ਗਿਣੀਆਂ, ਪਰ ਆਹ ਦੋ ਖੜੀਆਂ ਮੈਨੂੰ ਮੈਂ ਹੁਣ ਸੋਚਦਾ ਵੀ ਮੈਨੂੰ ਕੱਟ ਲੱਭੇ ਤਾਂ ਮੈਂ ਪਿੱਛੇ ਨੂੰ ਮੁੜਾਂ, ਤਾਂ ਉਹਨਾਂ ਨੂੰ ਕਵਰ ਕਰਕੇ ਆਵਾਂ। ਮੈਨੂੰ ਹੁਣ ਤੁਸੀਂ ਟੱਕਰ ਗਏ, ਮੈਂ ਕਿਹਾ ਗੱਲਬਾਤ ਕਰਦੇ ਪੁੱਛਦੇ ਕਿੰਨੀਆਂ ਟਰਾਲੀਆਂ ਤੁਰੀਆਂ ਅਤੇ ਕਿੱਥੋਂ ਤੁਰੀਆਂ। ਇਹ ਵੇਖੋ ਜੀ, ਇਹ ਅੰਮ੍ਰਿਤਸਰ ਤੋਂ ਦੋ ਜੋਨਾਂ ਦੀਆਂ ਟਰਾਲੀਆਂ ਵਾ। ਅੱਛਾ, ਨਾਲ ਖਡੂਰ ਸਾਹਿਬ ਦੀਆਂ। ਕੋਈ ਇਹ ਤਕਰੀਬਨ 600-700 ਟਰਾਲੀ ਅੱਗੇ ਲੰਘੀ, ਤੁਸੀਂ ਚਲੋ 20-22 ਦੇਖੀਆਂ ਹੋਣਗੀਆਂ। ਮੈਂ ਸੁਭਾਨਪੁਰ ਸਾਈਡ ਤੋਂ ਚੜਿਆ। ਹਾਂ, ਤੁਸੀਂ ਲੇਟ ਹੋ ਗਏ। ਤੇ ਤਕਰੀਬਨ ਜਿਹੜੀ 150 ਟਰਾਲੀ ਤੇ ਸਾਡੇ ਦੋ ਜੋਨਾਂ 'ਚ ਹੋਈਆਂ। ਅੱਛਾ, ਤਰਸਿੱਕਾ ਜੋਨ ਤੇ ਕੱਥੂ ਨੰਗਲ ਜੋਨ ਅੰਮ੍ਰਿਤਸਰ ਜ਼ਿਲ੍ਹੇ 'ਚੋਂ। 9 ਜੋਨ ਸਾਡੇ ਪਹਿਲਾਂ ਗਏ ਆ, ਅਸੀਂ ਪਹਿਲਾਂ ਵੀ 20-22 ਦਿਨ ਲਾ ਕੇ ਆਏ ਸੀਗੇ। ਅੱਛਾ, ਤੇ ਹੁਣ ਸਾਨੂੰ ਫਿਰ 1.5 ਮਹੀਨੇ ਬਾਅਦ, ਮਤਲਬ 40-45 ਦਿਨ ਬਾਅਦ ਫਿਰ ਸਾਨੂੰ ਬੁਲਾ ਲਿਆ। ਤੇ ਇੱਦਾਂ ਸਾਡੀ ਜਥੇਬੰਦੀ ਆ ਜਿਹੜੀ ਵਾਰੀ ਵਾਰੀ ਉਹਨਾਂ 'ਚ ਆਪਣੇ ਪੰਜਾਬ ਦੇ ਚੌਂ ਹਿੱਸਿਆਂ 'ਚ ਵੰਡਿਆ ਵੀ ਇੱਕ ਮਤਲਬ ਜਥੇਬੰਦੀ ਪਹਿਲਾਂ ਸਭ ਬੁਲਾ ਲੈਣੀ, ਫਿਰ ਦੂਜੀ ਜਥੇਬੰਦੀ। ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੀ ਜਥੇਬੰਦੀ ਹੈ। ਅੱਛਾ, ਮਤਲਬ ਤੁਸੀਂ ਮੈਂਬਰ ਉਹਨਾਂ ਦੇ। ਬੜਾ ਵਧੀਆ ਜਿਹਾ ਲੱਗ ਰਿਹਾ ਮਾਹੌਲ, ਕਿਉਂਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਹ ਸਾਡਾ ਜਿਹੜਾ ਸੰਘਰਸ਼ ਹੈ, ਬਹੁਤ ਵੱਡਾ ਸੰਘਰਸ਼ ਹੈ ਭਾਅ ਜੀ। ਅਤੇ ਨੈਸ਼ਨਲ ਮੀਡੀਆ ਨੇ ਸਾਡੀ ਗੱਲ ਨਹੀਂ ਕੀਤੀ, ਤਾਂ ਅਸੀਂ ਆਪ ਹੀ ਚੱਕ ਲਿਆ ਸੰਗਤ ਮੰਗਣ, ਅਸੀਂ ਕਿਹਾ ਆਪ ਹੀ ਅਸੀਂ ਕਰ ਲੈਣੀਆਂ ਗੱਲਾਂ। ਤਾਂ ਵਾਹਿਗੁਰੂ ਦੀ ਮਿਹਰ ਨਾਲ ਲੋਕਾਂ ਨੇ ਪਿਆਰ ਵੀ ਦਿੱਤਾ, ਲੋਕ ਪਸੰਦ ਵੀ ਕਰਦੇ ਨੇ, ਤਾਂ ਗਰਾਊਂਡ ਦੀਆਂ ਗੱਲਾਂ ਨੇ। ਮੈਂ ਕਿ ਸੋਚਿਆ ਵੀ ਚਲੋ ਮੈਂ ਗੱਲਬਾਤ ਕਰਕੇ ਆਊਂਗਾ, ਕਿਉਂਕਿ ਇਹ ਤਸਵੀਰਾਂ ਤੁਸੀਂ ਦੇਖ ਲਓ, ਅੰਮ੍ਰਿਤਸਰ ਤੋਂ ਦਿੱਲੀ ਰੋਡ ਦੀਆਂ ਤਸਵੀਰਾਂ ਨੇ ਜੀ ਇਹ। ਇਹ ਆਪਾਂ ਇਸ ਵੇਲੇ ਤਕਰੀਬਨ ਸੁਭਾਨਪੁਰ ਤੋਂ ਥੋੜ੍ਹਾ ਜਿਹਾ ਅੱਗੇ ਜਦੋਂ ਆਪਾਂ ਲੰਘਦੇ ਹਾਂ ਬਿਆਸ ਵਾਲੀ ਸਾਈਡ ਨੂੰ, ਉੱਥੇ ਖੜ੍ਹੇ ਹਾਂ। ਮੈਂ ਬਾਈਆਂ ਦੂਜਿਆਂ ਨੂੰ ਵੀ ਮਿਲਣਾ ਚਾਹੁੰਦਾ ਸੀ ਪਰ ਮੇਲੇ ਹੋਏ ਨਹੀਂ। ਬਾਈ ਕਿਹੜੇ ਮੋਰਚੇ 'ਤੇ ਚੱਲੀ ਆ ਇਹ ਟੱਲੀਆਂ ਨੇ, ਸਿੰਘੂ 'ਤੇ ਆਪਣੇ ਜਾਂ ਟਿੱਕਰੀ 'ਤੇ? ਇਹ ਸਿੰਘੂ ਬਾਰਡਰ 'ਤੇ ਚੱਲੀ ਹੈ। ਸਿੰਘੂ ਬਾਰਡਰ 'ਤੇ ਚੱਲੇ ਸਿੰਘੂ ਬਾਰਡਰ। ਮਤਲਬ ਕਿੰਨੀਆਂ ਟੋਟਲ ਟਰਾਲੀਆਂ ਤੁਹਾਡੇ ਹਿਸਾਬ ਨਾਲ ਕਿੰਨੀਆਂ ਚੱਲ ਗਈਆਂ? ਜਿਹੜੀ ਅੱਜ ਟੋਟਲ ਟਰਾਲੀਆਂ ਇੱਥੋਂ ਜਿਹੜੀ 500-600 ਦੀ ਟਰਾਲੀ ਚੱਲ ਗਈ ਆ, ਬਾਕੀ ਸਾਡੀਆਂ ਲੁਧਿਆਣੇ ਤੋਂ ਟਰਾਲੀਆਂ ਜਿਹੜੀਆਂ ਤਰਨ ਤਾਰਨ ਜ਼ਿਲ੍ਹਾ ਜਿਹੜਾ ਉੱਥੇ ਸਾਨੂੰ ਮਿਲਣਾ ਵਾ। ਉੱਥੇ ਉਹ ਤਕਰੀਬਨ ਕੋਈ 1000-1200 ਟਰਾਲੀ ਉੱਥੇ ਮਿਲੂਗੀ ਸਾਨੂੰ। 26 ਤਰੀਕ ਦੀ ਪੂਰੀ ਖਿੱਚ ਕੇ ਤਿਆਰੀ ਹੈ? ਹਾਂਜੀ, 26 ਤਰੀਕ ਦੀ ਪੂਰੀ ਖਿੱਚ ਕੇ ਤਿਆਰੀ ਆ ਸਾਡੀ। 1000 ਟਰਾਲੀ ਅੱਗੇ 12 ਤਰੀਕ ਨੂੰ ਗਈ ਸੀਗੀ। ਅੱਛਾ, ਅਤੇ ਹੁਣ ਵੀ ਤਕਰੀਬਨ 1700-1800 ਟਰਾਲੀ ਜਿਹੜੀ ਹੁਣ ਅੱਜ ਚੱਲੀ ਆ 26 ਤਰੀਕ ਵਾਸਤੇ। ਸੈਂਟਰ ਸਰਕਾਰ ਰੋ ਹੀ ਨਹੀਂ ਰਹੀ, ਕਿਤੇ ਨਾ ਕਿਤੇ ਜਲੂਸ ਨਿਕਲਿਆ ਪਿਆ ਆ, ਉਹ ਕਦੇ ਕਿਸੇ ਬਹਾਨੇ ਆਉਂਦੇ, ਕਦੇ ਕਿਸੇ ਬਹਾਨੇ ਆਉਂਦੇ। ਕੀ ਕਹਿਣਾ ਚਾਹੁੰਦੇ ਤੁਸੀਂ? ਨਹੀਂ ਵੇਖੋ, ਜਿਹੜੀ ਸੈਂਟਰ ਸਰਕਾਰ ਆ ਉਹ ਬਿਲਕੁਲ ਅੰਦਰੋਂ ਡਿੱਗੀ ਪਈ ਆ, ਮਰੀ ਪਈ ਆ। ਸਿਰਫ ਉਹ ਜਿੱਦਾਂ ਮਰਦਾ ਮਰਦਾ ਬੂਝੇ ਨੂੰ ਹੱਥ ਪਾਉਂਦਾ ਨਾ, ਉਹ ਗੱਲ ਆ ਵੀ ਹੁਣ ਉਹ ਜੇ ਉਹ ਸੱਪ ਦੇ ਮੂੰਹ 'ਚ ਕੋੜ ਕਿਰਲੀ ਆ, ਜੇ ਛੱਡਦੇ ਤਾਂ ਵੀ ਮਰਦੇ ਆ, ਤੇ ਜੇ ਨਹੀਂ ਛੱਡਦੇ ਤਾਂ ਵੀ ਮਰਦੇ ਆ। ਪਰ ਇਹ ਆ ਵੀ ਇਹਨੂੰ ਕੋੜ ਕਿਰਲੀ ਖਵਾ ਕੇ ਛੱਡਾਂਗੇ। ਪੰਜਾਬ ਦਾ, ਹਰਿਆਣੇ ਦਾ, ਹਰ ਏਰੀਏ ਦਾ ਏਕਾ ਹੋ ਗਿਆ ਭਾਜੀ। ਵੀਰੇ ਤੁਸੀਂ ਕਹੋ ਕਹਿਣਾ ਵਾ, ਕਹਿ ਲਓ ਆਪਣੇ ਘਰ ਦੀ ਗੱਲ ਆ, ਇਹ ਆਪਣੇ ਚੈਨਲ ਹੀ ਆ, ਕੋਈ ਵੱਡੀ ਗੱਲ ਨਹੀਂ। ਕੋਈ ਬਚਨ ਕਰਨਾ ਤਾਂ ਕਰ ਸਕਦੇ ਹੋ, ਫਿਰ ਨਾ ਕਿ ਹਾਂ ਵੀ ਆਪਣੀ ਰਹਿ ਗਈ ਗੱਲ ਦਿਲ 'ਚ। ਨਹੀਂ ਆਪਣੀ ਭਾਅ ਜੀ ਕੋਈ ਗੱਲ ਨਹੀਂ, ਦਿਲ ਦੇ ਵਿੱਚ ਵੈਸੇ ਸਭ ਦਿੱਤੇ ਨਹੀਂ ਦਿਆ, 1000-1200 ਟਰਾਲੀ ਸਾਡੇ ਇੱਥੋਂ ਚੱਲੀ ਆ ਜੀ, ਅਤੇ ਦਿੱਲੀ ਜਿੱਤਣ ਜਿੱਤ ਕੇ ਆਵਾਂਗੇ। ਬਿਲਕੁਲ ਬਿਲਕੁਲ, ਸੋ ਇਹੀ ਜਜ਼ਬਾ ਸਾਡਾ। ਵਾਹਿਗੁਰੂ ਜੀ ਤੁਸੀਂ ਕੋਈ ਗੱਲ ਕਰਨੀ ਆ? ਮੈਂ ਲਓ ਜੀ ਬੈਨਰ ਲੱਗੇ ਹੋਏ ਨੇ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਤਸਵੀਰਾਂ ਇੱਧਰਲੇ ਪਾਸੇ, ਦਿੱਲੀ ਲਾਲ ਕਿਲ੍ਹੇ ਦੇ ਸਾਹਮਣੇ ਸਾਡੇ ਗੁਰੂ ਸਾਹਿਬ ਦੀ ਤਸਵੀਰ, ਔਰ ਤੁਸੀਂ ਦੇਖ ਸਕਦੇ ਹੋ ਚੜ੍ਹਦੀ ਕਲਾ। ਇੱਧਰ ਟਰਾਲੀਆਂ ਜਾ ਰਹੀਆਂ ਨੇ, ਉਹ ਦੋ ਟਰਾਲੀਆਂ ਇੱਦੋਂ ਅੱਗੇ ਵੀ ਲੰਘ ਗਈਆਂ, ਮੈਂ ਦਿਖਾਉਣੀਆਂ ਚਾਹੂੰਗਾ। ਤੋ ਬੜੀ ਚੜ੍ਹਦੀ ਕਲਾ ਦੇ ਨਾਲ ਇੱਕ ਟਰਾਲੀ ਇਹ ਪਿੱਛੇ ਆ ਰਹੀ ਹੈ। ਇਹ ਅੰਮ੍ਰਿਤਸਰ ਤੋਂ ਇਹ ਦਿੱਲੀ ਰੋਡ ਦੀਆਂ ਤਸਵੀਰਾਂ ਨੇ। ਸੋ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜੇ
ये साढ़े वीर साढ़िया भैन साढ़िया मातावान दिल्ली चलिया इस जंग न जितने वास्ते, क्योंकि कितना कित साड़ी होंद की गल है, बहुत व्डिया गल् ने यह तो साड़िया भैन ने ये साड़िया बीजिया ने तो बड़ी चढ़ती कला देख सकते हो सामने माता जी चढ़ती कला च चढ़ती कला वाहेगुरु वाहेगुरु वाहेगुरु। सो छोटे छोटे बच्चे नाल ने ठीक ठाक है। सो रास्ते च रुके सी ते ये तस्वीर मातावान साड़िया भैन। सो सिंघू बॉर्डर ते चलिया ये ट्रालियाँ। सो दिल्ली सरकार नू सेंटर सरकार नू कितने ना कितने होर झंझोड़न वास्ते, क्योंकि तकरीबन पिछले दो महीने तो जिहड़ी है ये सरकार नू जगाउण दी कोशिश की जा रही है, पर जिहड़ी दिल्ली सरकार सुती पई है, पर ये वीर तकरीबन हज़ारां दे हिसाब नाल ट्रालियाँ लैके एक बार फिर दिल्ली की धरती वालों कूच कर रहे हैं। रोड दियां तस्वीरां ने साडे बजुर्ग साडे बाबे साडे मापे इन्ह का हौसला सानू बहुत वड्डा, तो इन्हां दे नाल ही ये जिहड़े पिछे कह सकते खंभ इन्ह के खंभ आ उन्हां दे नाल उड़े उड़े फिरदे आ ये नौजवानों के सिर ते ते नौजवान इन्हां दे सिर ते। सो बड़ी चढ़दी कला। सो वीर चले ने उत्थे, सो बाबा मेहर करे जल्दी ये जंग जित के असीं अपने घरां नू वापस आईए। सो दिल्ली सरकार नू वक्त पाउण वास्ते पंजाब दियां तस्वीरां ये पंजाब तो जथे जा रहे हैं, और अलग अलग ट्रालियां जिहड़ियां ने वो रोड़ां ते तुहानू दिस रहियां होणगियां। एक ट्राली होर और सामने नज़र आ रही है, दस रहे ने जिवें हज़ारां दे हिसाब नाल ट्रालियां। 26 तरीक की पूरी तैयारी है। सो 26 तरीक नू दिल्ली नू भाजड़ पाउण वास्ते दिल्ली नू वक्त पाउण वास्ते ये वीर भी चले ने। सो बड़ी चढ़ती कला दे नाल सारियां जथेबंदी दियां ट्रालियां ने गड्डियां नाल ने। सो बड़ी चढ़ती कला, वाहिगुरू मेहर करे। सो 26 तरीक नू गुरु की संगत नू बेनती करदे आ कि वध तो वध संगतां नू नाल लैके दिल्ली वल चाले पाईए, इस साडी जंग नू आपां जितीए, जो साडी होंद की गल है आपां उहनू जितीए। सो बहुत बहुत धन्नवाद। इस तरह बने रहो मनी कलाब दे ऑफिशियल फेसबुक पेज ते पल पल की अपडेट तुहानू दिंदे रहांगे। वाहिगुरू जी का खालसा वाहिगुरू जी की फतेह।